ਹੈਲੋ ਐਵਰੀਵਨ, ਥੈਂਕ ਯੂ ਸੋ ਮੱਚ. ਪਿਛਲੀ ਵੀਡੀਓ ਜਿਹੜੀ ਅਸੀਂ ਪਿਛਲਾ ਲਾਈਵ ਕੀਤਾ ਸੀਗਾ ਸੈਸ਼ਨ, ਬਹੁਤ ਸਾਰੇ ਲੋਕਾਂ ਨੇ ਮੈਸੇਜ ਭੇਜੇ, ਕਮੈਂਟਸ ਕੀਤੇ, ਸੋ ਥੈਂਕ ਯੂ ਸੋ ਮੱਚ. ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਹਰ ਰੋਜ਼ ਦੇ ਨਾਤੇ ਯੂਨੋ ਅਸੀਂ ਕਿਸੇ ਨਾ ਕਿਸੇ ਟੋਪਿਕ ਨੂੰ ਡਿਸਕ੍ਰਾਈਬ ਕਰੀਏ, ਬਿਕੋਜ਼ ਅਸੀਂ ਘਰਾਂ ਦੇ ਵਿੱਚ ਬੈਠੇ ਹਾਂ. ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੀ ਮਾਨਸਿਕ ਸਿਹਤ ਦਾ ਹੁਣ ਵੱਧ ਤੋਂ ਵੱਧ ਖਿਆਲ ਰੱਖ ਸਕਦੇ ਹਾਂ, ਬਿਕੋਜ਼ ਸਾਡੇ ਕੋਲ ਓਪਰਚੁਨਿਟੀ, ਅਸੀਂ ਘਰਾਂ ਦੇ ਵਿੱਚ ਬੈਠੇ ਹਨ, ਕੋਈ ਹੋਰ ਚੀਜ਼ਾਂ ਜਾਂ ਡਿਸਟਰੈਕਸ਼ਨ ਸਾਡੇ ਸਕੈਜੂਅਲ 'ਚ ਨਹੀਂ ਹੈਗੀਆਂ ਜੇ. ਸੋ ਜਿਹੜੀ ਅੱਜ ਅਸੀਂ ਗੱਲ ਕਰਾਂਗੇ, ਅੱਜ ਅਸੀਂ ਗੱਲ ਕਰਾਂਗੇ ਕਿ ਫੋਰ ਐਗਜ਼ਾਮਪਲ ਜਿਹੜੀਆਂ ਭਾਵਨਾਵਾਂ, ਜਿਹੜੀਆਂ ਇਮੋਸ਼ਨਸ ਅਸੀਂ ਜਿਹਨੂੰ ਕਹਿੰਦੇ ਹਾਂ, ਕਿ ਉਹ ਸਾਡੇ ਵਿੱਚ ਕਿਉਂ ਆਉਂਦੀਆਂ ਅਤੇ ਉਹਨਾਂ ਨੂੰ ਉਹਨਾਂ ਨਾਲ ਅਜੇ ਅਸੀਂ ਕਿਵੇਂ ਨਜਿੱਠ ਸਕਦੇ ਹਾਂ. ਆਈ ਥਿੰਕ ਮੇ ਬੀ ਅੱਜ ਵਾਲਾ ਸੈਸ਼ਨ ਇਕੱਲਾ ਨਫ ਨਹੀਂ ਹੋਊਗਾ ਉਹਨਾਂ ਭਾਵਨਾਵਾਂ ਨੂੰ ਡਿਸਕ੍ਰਾਈਬ ਕਰਨ 'ਤੇ. ਸੋ ਅਸੀਂ ਕੰਟੀਨਿਊ ਵੀ ਰੱਖਾਂਗੇ. ਸੋ ਜੇ ਤੁਹਾਡੇ ਕੋਈ ਕੁਐਸਚਨਸ ਵੀ ਹੋਣ ਤਾਂ ਤੁਸੀਂ ਲਾਈਵ ਵੀਡੀਓਜ਼ ਦੇ ਥੱਲੇ ਕੋਮੈਂਟ ਕਰ ਸਕਦੇ ਹੋ. ਸੋ ਮੈਂ ਕੋਸ਼ਿਸ਼ ਕਰੂੰਗੀ ਕਿ ਜਿਵੇਂ ਜਿਵੇਂ ਮੈਂ ਟੋਪਿਕ ਡਿਸਕਸ ਕਰਾਂ, ਮੈਂ ਤੁਹਾਡੇ ਕੁਐਸਚਨ ਵੀ ਪੜ੍ਹ ਕੇ ਉਹਨਾਂ ਦੇ ਵੀ ਜਵਾਬ ਦੇ ਸਕਾਂ. ਸੋ ਹਾਂਜੀ, ਅੱਜ ਇਸ ਗੱਲ ਕਰਾਂਗੇ ਭਾਵਨਾਵਾਂ, ਇਮੋਸ਼ਨਸ, ਉਹਨਾਂ ਨੂੰ ਕੀ ਆ. ਐਂਡ ਯੂ ਨੋ, ਜਦੋਂ ਅਸੀਂ, ਜਿਵੇਂ ਤੁਸੀਂ ਬਚਪਨ ਦੇ ਵਿੱਚ ਵੀ ਵੇਖਿਆ ਗਿਆ ਵਾ, ਹੈਲੋ ਐਵਰੀਵਨ, ਹੈਲੋ. ਜਦੋਂ ਅਸੀਂ ਬਚਪਨ ਦੇ ਵਿੱਚ ਇਹ ਬੜੀ ਐਂਡ ਯੂ ਨੋ ਸਾਨੂੰ ਆਮ ਵੀ, ਅਸੀਂ ਜਦੋਂ ਗੱਲ ਕਰਦੇ ਹਾਂ, ਅਸੀਂ ਗੱਲ ਕਰਦੇ ਕਿ ਸਾਡੀ ਕੰਡੀਸ਼ਨਿੰਗ, ਸਾਡੇ ਦਿਮਾਗ ਦਾ ਜਿਹੜਾ ਵਿਕਾਸ ਜਦੋਂ ਅਸੀਂ ਬਚਪਨ ਦੇ ਵਿੱਚ ਸੀ, ਸਾਨੂੰ ਕੀ ਸਿਖਾਇਆ ਗਿਆ ਗਾ, ਬਿਕੋਜ਼ ਸਾਡੀ ਮਾਨਸਿਕ ਸਥਿਤੀ ਬਹੁਤ ਜ਼ਿਆਦਾ ਉਸ ਚੀਜ਼ਾਂ 'ਤੇ ਡਿਪੈਂਡ ਕਰਦੀ. ਅਸੀਂ ਆਪਦੇ ਘਰ ਦੇ ਵਿੱਚ ਕੀ ਵੇਖਿਆ ਬਚਪਨ ਦੇ ਵਿੱਚ, ਜਦੋਂ ਸਾਡਾ ਦਿਮਾਗ ਸ਼ੁਰੂ ਦੇ ਵਿੱਚ ਫੋਰਮ ਕਰ ਰਿਹਾ ਸੀਗਾ. ਐਂਡ ਮੋਸਟ ਲੋਕ ਯੂ ਨੋ ਕਹਿੰਦੇ ਕਿ ਅਸੀਂ ਤਾਂ ਛੋਟੇ ਸੀਗੇ, ਬੱਚੇ ਛੋਟੇ ਸੀ, ਉਹਨਾਂ ਨੂੰ ਇਹ ਚੀਜ਼ਾਂ ਦਾ ਕਿਵੇਂ ਪਤਾ ਲੱਗ ਜਾਂਦਾ. ਸੋ ਇਹ ਬੜਾ ਪ੍ਰਭਾਵਿਤ ਕਰਦਾ ਸਾਡੀ ਮਾਨਸਿਕ ਦਿਸ਼ਾ, ਜਿਹੜੇ ਸਾਡੇ ਬਚਪਨ ਦੇ ਪਹਿਲੇ ਸਾਲ ਹੁੰਦੇ ਨੇ. ਸੋ ਫੋਰ ਐਗਜ਼ਾਮਪਲ, ਜਿਵੇਂ ਆਪਾਂ ਗੱਲਾਂ ਕਰਦੇ ਕਿ ਭਾਵਨਾਵਾਂ ਸਾਡੇ ਵਿੱਚ ਜਿਹੜੀਆਂ ਆਉਂਦੀਆਂ ਵਾ, ਬਹੁਤ ਐਜ਼ ਅ ਬਚਪਨ ਦੇ ਵਿੱਚ ਸਾਨੂੰ ਇੱਕ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਐਕਸੈਪਟ ਕਰਨਾ ਸਿਖਾਇਆ ਜਾਂਦਾ, ਅਤੇ ਦੂਸਰੇ ਤਰ੍ਹਾਂ ਦੀਆਂ ਭਾਵਨਾਵਾਂ ਸਾਨੂੰ ਜ਼ਿੰਦਗੀ ਤੋਂ ਵਰਜਿਆ ਜਾਂਦਾ ਇਹੋ ਜਿਹੀਆਂ ਮਹਿਸੂਸ ਕਰਨ ਤੋਂ. ਫੋਰ ਐਗਜ਼ਾਮਪਲ, ਸਾਨੂੰ ਤੋਂ ਰੋਣ ਤੋਂ ਵਰਜਿਆ ਜਾਂਦਾ, ਸਾਨੂੰ ਫਰਸਟ੍ਰੇਸ਼ਨ ਦਿਖਾਉਣ ਤੋਂ ਵਰਜਿਆ ਜਾਂਦਾ, ਸਾਨੂੰ ਡਿਸਅਪੁਆਇੰਟਮੈਂਟ ਦਿਖਾਉਣ ਤੋਂ ਵਰਜਿਆ ਜਾਂਦਾ. ਬਚਪਨ ਦੇ ਵਿੱਚ ਜਦੋਂ ਵੀ ਅਸੀਂ ਆਪਦੀ ਭਾਵਨਾਵਾਂ ਦਿਖਾਉਂਦੇ ਹਾਂ, ਸਾਡੇ ਮਾਂ ਬਾਪ ਆਪਦੇ ਆਪ 'ਚ ਘਬਰਾ ਜਾਂਦੇ ਸੀ. ਫੋਰ ਐਗਜ਼ਾਮਪਲ, ਜੇ ਇੱਕ ਬੱਚਾ ਰੋਂਦਾ ਸੀਗਾ ਅਤੇ ਮਾਂ ਬਾਪ ਘਬਰਾ ਗਿਆ, ਅਤੇ ਉਹਨੇ ਆਪਦੇ ਰੋਂਦੇ ਹੋਏ ਬੱਚੇ ਨੂੰ ਕਿਵੇਂ ਚੁੱਪ ਕਰਾਇਆ, ਜਾਂ ਤਾਂ ਉਹਨੇ ਝਿੜਕ ਕੇ ਚੁੱਪ ਕਰਾਇਆ ਕਿ ਤੂੰ ਕਿਉਂ ਰੋ ਰਿਹਾ, ਜਾਂ ਉਹਨੇ ਕੁਝ ਖਾਣ ਨੂੰ ਦਿੱਤਾ ਕਿ ਚੁੱਪ ਹੋ ਜਾ, ਇਸ ਖਾਣ ਵਾਲੀ ਚੀਜ਼ ਨਾਲ ਉਹ ਯੂ ਨੋ ਇਹਦੀ ਜਿਹੜੀ ਭਾਵਨਾਵਾਂ ਵਾ ਉਹ ਦੱਬ ਜੂਗੀ ਅਤੇ ਮੈਨੂੰ ਦੇਖਣਾ ਨਹੀਂ ਪਊਗਾ ਰੋਂਦਾ ਬੱਚਾ. ਬਿਕੋਜ਼ ਇੱਕ ਭਾਵੁਕ ਇਨਸਾਨ, ਇੱਕ ਅਨਕੰਫਰਟੇਬਲ, ਇੱਕ ਦੁਖੀ ਵਾਲੀਆਂ ਭਾਵਨਾਵਾਂ ਦੇ ਨਾਲ ਦੇ ਇਨਸਾਨ ਦੇ ਨਾਲ ਬਹਿਣਾ ਬੜਾ ਔਖਾ ਵਾ. ਸੋ ਇਹ ਆਪਾਂ ਨੂੰ ਮੰਨਣਾ ਪੈਣਾ ਵੀ ਇਹ ਅਨਕੰਫਰਟੇਬਲ, ਐਂਡ ਇਹ ਇੱਕ ਮਾਸਟਰ ਕਰਨੀ ਪੈਂਦੀ ਸਾਨੂੰ ਸਕਿੱਲ. ਜਦੋਂ ਫੋਰ ਐਗਜ਼ਾਮਪਲ, ਜਦੋਂ ਮੈਂ ਕਲਾਇੰਟਸ ਨੂੰ ਵੀ ਦੇਖਦੀ ਹਾਂ ਜਿਹੜੇ ਲੋਕ ਰੋਂਦੇ ਆ, ਬਹੁਤ ਬਹੁਤ ਸਾਰਾ ਦੁੱਖ. ਸੋ ਇੱਕ ਹੌਲੀ ਹੌਲੀ ਤੁਹਾਡੇ 'ਚ ਇਹ ਕਲਾ ਆਉਂਦੀ ਆ, ਇੱਕੋ ਦਮ ਅਸੀਂ ਉਹਨੂੰ ਮਾਸਟਰ ਨਹੀਂ ਕਰ ਸਕਦੇ ਗੇ. ਸੋ ਆਪਣੇ ਰੋਂਦੇ ਹੋਏ ਬੱਚੇ, ਕੋਈ ਵੀ ਇਨਸਾਨ ਜਿਹੜਾ ਰੋਂਦਾ, ਜਿਹੜਾ ਭਾਵੁਕ ਤੌਰ 'ਤੇ ਬੜਾ ਭਾਵੁਕ ਆ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਉਹਦੇ ਆਲੇ ਦੁਆਲੇ ਕਰਨਾ ਕੀ ਆ. ਬਿਕੋਜ਼ ਬਚਪਨ ਦੇ ਵਿੱਚ ਉਹਨਾਂ ਭਾਵਨਾਵਾਂ ਵਿੱਚ ਸਾਨੂੰ ਵਿਚਰਨਾ ਨਹੀਂ ਸਿਖਾਇਆ ਗਿਆ. ਜਿਹੜੀਆਂ ਭਾਵਨਾਵਾਂ ਦੇ ਵਿੱਚ ਅਜੇ ਅਸੀਂ ਆਪ ਨਹੀਂ ਵਿਚਰੇ, ਉਹ ਭਾਵਨਾਵਾਂ ਸਾਨੂੰ ਕਿਸੇ 'ਚ ਦੇਖਣੀਆਂ ਵੀ ਬੜੀਆਂ ਔਖੀਆਂ ਲੱਗਦੀਆਂ ਵਾ. ਸੋ ਫੋਰ ਐਗਜ਼ਾਮਪਲ, ਇੱਕ ਬੱਚਾ, ਜਿਵੇਂ ਆਪਾਂ ਐਗਜ਼ਾਮਪਲ ਪਹਿਲਾਂ ਵੀ ਦਿੱਤੀ ਕਿ ਇੱਕ ਬੱਚਾ ਜੇ ਰੋ ਰਿਹਾ ਵਾ, ਇੱਕ ਮਾਪੇ ਨੇ ਉਹਨੂੰ ਤਿੰਨ ਤਰੀਕਿਆਂ ਨਾਲ ਵਰਾਉਣ ਦੀ ਕੋਸ਼ਿਸ਼ ਕੀਤੀ, ਜਾਂ ਤਾਂ ਉਸ ਮਾਪੇ ਨੇ ਉਹਨੂੰ ਝਿੜਕਿਆ ਵਾ, ਜਾਂ ਉਹਨੂੰ ਖਾਣ ਨੂੰ ਕੋਈ ਚੀਜ਼ ਦਿੱਤੀ ਆ, ਯੂ ਨੋ, ਜਾਂ ਕਿਸੇ ਹੋਰ ਤਰੀਕੇ ਨਾਲ. ਸੋ ਇਨਸਟੈਡ ਕਿ ਉਸ ਬੱਚੇ ਨੂੰ ਰੋਣ ਦਿੱਤਾ ਜਾਵੇ, ਐਂਡ ਉਹਦਾ ਹੱਥ ਫੜ ਕੇ ਉਹਨੂੰ ਕੰਫਰਟੇਬਲੀ ਕਿਹਾ ਜਾਵੇ ਕਿ ਜੇ ਭਾਵਨਾਵਾਂ, ਬਿਕੋਜ਼ ਜਿਹੜੀਆਂ ਫੀਲਿੰਗਸ ਹੁੰਦੀਆਂ, ਜਿਹੜੀਆਂ ਇਮੋਸ਼ਨਸ ਹੁੰਦੀਆਂ, ਇਹਨਾਂ ਦਾ ਮਕਸਦ ਹੀ ਹੈ ਕਿ ਇਹਨਾਂ ਨੂੰ ਫੀਲ ਕੀਤਾ ਜਾਵੇ. ਯੂ ਨੋ, ਕਈ ਵਾਰ ਪੇਰੈਂਟਸ ਮੇਰੇ ਕੋਲ ਆਉਂਦੇ, ਉਹ ਕਹਿੰਦੇ ਬੱਚਾ ਐਂਗਸ਼ੀਅਸ ਫੀਲ ਕਰਦਾ, ਐਂਗਜ਼ਾਇਟੀ ਫੀਲ ਕਰਦਾ ਵਾ, ਐਂਡ ਅਸੀਂ ਰੋਕਣਾ ਚਾਹੁੰਦੇ ਹਾਂ. ਭਾਵਨਾਵਾਂ ਰੁਕਣ ਵਾਲਾ ਨਾਮ ਨਹੀਂ ਹੁੰਦੀਆਂ ਗੀਆਂ. ਭਾਵਨਾਵਾਂ ਨੂੰ ਅਸੀਂ ਮੈਨੇਜ ਕਿਵੇਂ ਕਰਨਾ ਹੀ ਸਿੱਖਦੇ ਹਾਂ, ਪਰ ਭਾਵਨਾਵਾਂ ਨੂੰ ਅਸੀਂ ਰੋਕ ਨਹੀਂ ਸਕਦੇ ਗੇ. ਇਹ ਤਾਂ ਬੜੀ ਵੱਡੀ ਸਟ੍ਰੈਸ ਆ ਆਪਦੇ ਆਪ ਦੇ ਵਿੱਚ. ਇਹ ਤਾਂ ਕੁਦਰਤ ਦੇ ਨਾਲ ਲੜਨਾ ਜਦੋਂ ਤੁਸੀਂ ਇੱਕ ਭਾਵਨਾਵਾਂ ਨੂੰ ਰੋਕਦੇ ਹੋ. ਫੋਰ ਐਗਜ਼ਾਮਪਲ, ਜੇ ਯੂ ਨੋ ਕੋਈ ਕਿਸੇ ਤੋਂ ਦੂਰ ਹੋ ਗਿਆ, ਰਿਸ਼ਤੇ 'ਚ ਦੂਰ ਚਲਿਆ ਗਿਆ ਵਾ, ਜਾਂ ਕਿਸੇ ਦੀ ਡੈਥ ਹੋ ਗਈ ਆ, ਐਂਡ ਜਿਹੜਾ ਕੋਈ ਪਿੱਛੇ ਇਨਸਾਨ ਰਹਿ ਗਿਆ ਵਾ, ਉਹਨੂੰ ਅਸੀਂ ਰੋਣ ਤੋਂ ਨਹੀਂ ਵਰਜ ਸਕਦੇ ਗੇ. ਉਹਨੂੰ ਅਸੀਂ ਸਾਥ ਦੇ ਸਕਦੇ ਹਾਂ ਕਿ ਉਹ ਜਿਹੜਾ ਉਹਦੇ ਲਈ ਟ੍ਰਾਂਜ਼ਿਸ਼ਨ ਉਹ ਸੌਖਾ ਹੋਵੇ, ਪਰ ਉਹਦੀ ਅਸੀਂ ਭਾਵਨਾਵਾਂ ਨੂੰ ਰੋਕ ਨਹੀਂ. ਭਾਵਨਾਵਾਂ ਸਾਡਿਆਂ ਕੋਲ ਆਉਂਦੀਆਂ ਤਾਂ ਕਿ ਅਸੀਂ ਮਹਿਸੂਸ ਕਰ ਸਕੀਏ, ਪਰ ਬਚਪਨ ਦੇ ਵਿੱਚ ਸਾਨੂੰ ਇਹਨਾਂ ਤੋਂ ਵਰਜਿਆ ਜਾਂਦਾ ਕਿ ਤੁਸੀਂ ਇਹ ਭਾਵਨਾਵਾਂ ਮਹਿਸੂਸ ਨਹੀਂ ਕਰਨਾ. ਸਾਨੂੰ ਜ਼ਿੰਦਗੀ ਦੇ ਵਿੱਚ ਸਿਖਾਇਆ ਜਾਂਦਾ ਕਿ ਆਹ ਜਿਹੜੀ ਇੱਕ ਹਿੱਸਾ ਜ਼ਿੰਦਗੀ ਦਾ, ਖੁਸ਼ੀ ਆ, ਸ਼ਾਂਤੀ ਆ, ਕੰਟੈਂਟਮੈਂਟ ਆ, ਐਕਸਾਈਟਮੈਂਟ ਆ, ਇਹ ਚੀਜ਼ਾਂ ਅਸੀਂ
ਖੁੱਲ੍ਹ ਕੇ ਐਕਸਪ੍ਰੈਸ ਕਰ ਸਕਦੇ ਐਜ਼ ਬਚਪਨ ਦੇ ਵਿੱਚ ਬੱਚੇ ਵੀ ਖੁੱਲ੍ਹ ਕੇ ਐਕਸਪ੍ਰੈਸ ਕਰਦੇ ਮਾਂ ਬਾਪ ਤੋਂ ਸਾਨੂੰ ਝਿੜਕਾਂ ਨਹੀਂ ਪੈਂਦੀਆਂ ਚੀਜ਼ਾਂ ਪਰ ਜਿਹੜਾ ਦੂਸਰਾ ਹਿੱਸਾ ਜਿਹੜਾ ਇੰਗਜ਼ਾਇਟੀ ਸਾਡੇ 'ਚ ਆਉਂਦਾ ਡਰ ਆਉਂਦਾ ਜਿਹੜੀਆਂ ਫਰਸਟ੍ਰੇਸ਼ਨ ਆਉਂਦੀ ਡਿਸਅਪੁਆਇੰਟਮੈਂਟ ਆਉਂਦੀ ਆ ਹੋਰ ਵੀ ਜਿਹੜੀਆਂ ਔਖੀਆਂ ਔਖੀਆਂ ਭਾਵਨਾਵਾਂ ਸਾਡੇ ਇਹ ਜਿਹੜਾ ਏਰੀਆ ਇੱਥੋਂ ਸਾਨੂੰ ਵਰਜਿਆ ਜਾਂਦਾ ਸਾਡੇ ਮਾਂ ਬਾਪ ਵਰਜਦੇ ਆ ਇਸ ਚੀਜ਼ ਤੋਂ ਕਿ ਤੂੰ ਇਹ ਮਹਿਸੂਸ ਨਹੀਂ ਕਰ ਸਕਦਾ ਗਾ ਇਹ ਚੀਜ਼ਾਂ ਅਲਾਊਡ ਨਹੀਂ ਤੈਨੂੰ ਮਹਿਸੂਸ ਕਰਨਾ ਤੈਨੂੰ ਫਰਸਟ੍ਰੇਸ਼ਨ ਹੋਣਾ ਅਲਾਊਡ ਨਹੀਂ ਹੈਗਾ ਤੈਨੂੰ ਡਿਸਅਪੁਆਇੰਟਮੈਂਟ ਵੀ ਹੋਣੀ ਸੋ ਇਹ ਭਾਵਨਾਵਾਂ ਤੋਂ ਸਾਨੂੰ ਵਰਜਿਆ ਜਾਂਦਾ ਪਰ ਸਾਨੂੰ ਇਹ ਜਾਣਨਾ ਪਊਗਾ ਕਿ ਜ਼ਿੰਦਗੀ ਸਾਡੀ ਇੱਕ ਬੈਲੈਂਸ ਤਰੀਕੇ ਨਾਲ ਜਾਵੇ ਇਹ ਬੜਾ ਜ਼ਰੂਰੀ ਹੈ ਕਿ ਸਾਡੀਆਂ ਦੋਨੇ ਭਾਵਨਾਵਾਂ ਬੈਲੈਂਸ 'ਚ ਹੋਣ ਅਸੀਂ ਇਹਨਾਂ ਭਾਵਨਾਵਾਂ ਜਿਹੜੀਆਂ ਚੰਗੀਆਂ ਭਾਵਨਾਵਾਂ ਉਹਨਾਂ ਨੂੰ ਵੀ ਮਹਿਸੂਸ ਕਰ ਸਕੀਏ ਉਹਨਾਂ ਨੂੰ ਵੀ ਐਕਸਪ੍ਰੈਸ ਕਰ ਸਕੀਏ ਜਿਹੜੀਆਂ ਬੁਰੀਆਂ ਭਾਵਨਾਵਾਂ ਜਾਂ ਔਖੀਆਂ ਭਾਵਨਾਵਾਂ ਆਈ ਗੈਸ ਆਪਾਂ ਕਹਿ ਸਕਦੇ ਬੁਰੀਆਂ ਨਹੀਂ ਕਹਿ ਸਕਦੇ ਔਖੀਆਂ ਭਾਵਨਾਵਾਂ ਉਹਨਾਂ ਨੂੰ ਵੀ ਅਸੀਂ ਮਹਿਸੂਸ ਕਰ ਸਕੀਏ ਸੋ ਜਿੰਨਾ ਜਿਵੇਂ ਦੋਨਾਂ ਨੂੰ ਅਸੀਂ ਮੈਂ ਇੱਕ ਬੈਲੈਂਸ ਤਰੀਕੇ ਨਾਲ ਐਕਸਪ੍ਰੈਸ ਕਰਨਾ ਸਿੱਖ ਜਾਓਗੇ ਸਾਡੀ ਲਾਈਫ ਮੱਚ ਈਜ਼ੀਅਰ ਬਣ ਜਾਂਦੀ ਪ੍ਰੋਬਲਮ ਇਹ ਨਹੀਂ ਹੁੰਦੀ ਕਿ ਸਾਨੂੰ ਇੰਗਜ਼ਾਇਟੀ ਹੁੰਦੀ ਆ ਪਰ ਪ੍ਰੋਬਲਮ ਇਹ ਹੈ ਕਿ ਅਸੀਂ ਸਟ੍ਰੈਸ ਕਰਨੀ ਕਿ ਸਾਨੂੰ ਇੰਗਜ਼ਾਇਟੀ ਹੋ ਕਿਉਂ ਰਹੀ ਹੈ ਸਾਨੂੰ ਇਹ ਆਉਣੀ ਨਹੀਂ ਚਾਹੀਦੀ ਸਾਡੇ ਦੇ ਵਿੱਚ ਉੱਥੋਂ ਸਾਡੀ ਬਾਡੀ ਦੇ ਵਿੱਚ ਸਟ੍ਰੈਸ ਐਡ ਹੋਣ ਲੱਗ ਜਾਂਦਾ ਤੁਹਾਨੂੰ ਗਿਲਟ ਤੁਹਾਨੂੰ ਡਿਸਅਪੁਆਇੰਟਮੈਂਟ ਤੁਹਾਨੂੰ ਫਰਸਟ੍ਰੇਸ਼ਨ ਇਹ ਨੋਰਮਲ ਜਿਹੜੀਆਂ ਤੁਹਾਨੂੰ ਭਾਵਨਾਵਾਂ ਆਉਂਦੀਆਂ ਇਹਨਾਂ ਨੂੰ ਆਪਦੇ ਵਿੱਚੋਂ ਦੀ ਥਰੂ ਜਾਣਾ ਬਿਕੋਜ਼ ਨੋਰਮਲੀ ਹੁੰਦਾ ਕਿ ਬਿਕੋਜ਼ ਜਦੋਂ ਸਾਨੂੰ ਬਚਪਨ ਦੇ ਵਿੱਚ ਵਰਜਿਆ ਜਾਂਦਾ ਅਸੀਂ ਇਹਨਾਂ ਭਾਵਨਾਵਾਂ ਨੂੰ ਵਿਚਣ ਦੇ ਸਾਨੂੰ ਪਤਾ ਹੀ ਨਹੀਂ ਅੱਜ ਵੀ ਅਸੀਂ ਯੂਨੋ ਕਈ ਵਾਰ 25-25-30-30 ਸਾਲ ਦੇ ਹੋ ਅੱਜ ਵੀ ਨਹੀਂ ਸਾਨੂੰ ਪਤਾ ਵੀ ਡਰ ਦੇ ਵਿੱਚ ਅਸੀਂ ਕੀ ਕਰਨਾ ਐਂਗਜ਼ਾਇਟੀ ਸੋ ਸਾਨੂੰ ਸ਼ਰਾਬ ਦਾ ਗਲਾਸ 'ਚ ਪਿੱਕ ਕਰਨਾ ਬੜਾ ਸੌਖਾ ਲੱਗਦਾ ਸਾਨੂੰ ਜਦੋਂ ਵੀ ਅਸੀਂ ਸਾਨੂੰ ਲੱਗਦਾ ਕਿ ਸਾਡੇ ਅੰਦਰ ਕੁਛ ਅਨਈਜ਼ੀ ਅਨਕੰਫਰਟੇਬਲ ਆ ਸਾਨੂੰ ਖਾਣਾ ਬੜਾ ਲੱਗਦਾ ਅਸੀਂ ਖਾਈ ਜਾਂਦੇ ਹਾਂ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਅਸੀਂ ਆਪਦੀ ਭਾਵਨਾਵਾਂ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਹਾਂ ਐਂਡ ਜਦੋਂ ਐਂਡ ਤੁਸੀਂ ਇਹ ਚੀਜ਼ ਐਕਸਪੀਰੀਅੰਸ ਵੀ ਕੀਤੀ ਹੋਊਗੀ ਕਿ ਜਦੋਂ ਅਸੀਂ ਇਹਨਾਂ ਭਾਵਨਾਵਾਂ ਨੂੰ ਦੱਬਦੇ ਹਾਂ ਜਾਂ ਸ਼ਰਾਬ ਨਾਲ ਦੱਬਦੇ ਹਾਂ ਜਾਂ ਅਸੀਂ ਇਹਨੂੰ ਫੂਡ ਨਾਲ ਦੱਬਦੇ ਹਾਂ ਜਾਂ ਇਹਨੂੰ ਸ਼ੋਪਿੰਗ ਨਾਲ ਦੱਬਦੇ ਹਾਂ ਜਾਂ ਇਹਨੂੰ ਇਹ ਤੋਂ ਭੱਜਣ ਲਈ ਕਿਸੇ ਵੀ ਹੋਰ ਤਰੀਕੇ ਨਾਲ ਅਸੀਂ ਇਹਨੂੰ ਦੱਬਦੇ ਹਾਂ ਇਹ ਹੋਰ ਉਜਾਗਰ ਹੁੰਦੀਆਂ ਕਿਉਂਕਿ ਇੱਕ ਦਿਨ ਅਸੀਂ ਤੁਸੀਂ ਦੱਬ ਲੈਂਦੇ ਹਾਂ ਅਗਲੇ ਦਿਨ ਫਿਰ ਇਹ ਭਾਵਨਾਵਾਂ ਆ ਜਾਂਦੀਆਂ ਵਾ ਉਸ ਦਿਨ ਵੀ ਤੁਸੀਂ ਕਿਸੇ ਸ਼ਰਾਬ ਜਾਂ ਕੋਈ ਇਹੋ ਜਿਹੀ ਚੀਜ਼ ਨਾਲ ਦੱਬ ਲੈਣੇ ਫਿਰ ਅਗਲੇ ਦਿਨ ਆ ਜਾਂਦੀਆਂ ਐਂਡ ਯੂਨੋ ਬਚਪਨ ਦੇ ਵਿੱਚ ਸਾਨੂੰ ਜਦੋਂ ਕੋਈ ਵਾਰ ਅਸੀਂ ਰੋਣ ਲੱਗ ਜਾਣਾ ਕਿਸੇ ਦਾ ਫੋਰ ਐਗਜ਼ਾਮਪਲ ਇੱਕ ਬੱਚਾ ਵਾ ਉਹਨੇ ਕਿਸੇ ਦਾ ਬਹੁਤ ਵਧੀਆ ਖਿਡੌਣਾ ਦੇਖਿਆ ਐਂਡ ਉਹ ਰੋਣ ਲੱਗ ਗਿਆ ਗਾ ਉਹ ਰੋਣ ਲੱਗ ਗਿਆ ਕਿ ਮੈਨੂੰ ਵੀ ਇੱਦਾਂ ਦਾ ਖਿਡੌਣਾ ਚਾਹੀਦਾ ਸੀਗਾ ਐਂਡ ਅਸੀਂ ਕੀ ਕੀਤਾ ਅਸੀਂ ਜਾਂ ਤਾਂ ਉਹਦੀ ਉਹ ਫਰਸਟ੍ਰੇਸ਼ਨ ਰੋਕਣ ਲਈ ਜਲਦੀ ਜਲਦੀ ਅਸੀਂ ਉਹਨੂੰ ਇੱਕ ਹੋਰ ਖਿਡੌਣਾ ਲਿਆਤਾ ਤਾਂ ਜੋ ਕਿਉਂਕਿ ਅਸੀਂ ਉਹਦੀ ਭਾਵਨਾਵਾਂ ਜਿਹੜੀਆਂ ਔਖੀਆਂ ਅਸੀਂ ਨਹੀਂ ਦੇਖਣੀਆਂ ਚਾਹੁੰਦੇ ਅਸੀਂ ਉਹਨੂੰ ਰੋਂਦਾ ਨਹੀਂ ਦੇਖਣਾ ਚਾਹੁੰਦੇ ਕਿਉਂਕਿ ਜਦੋਂ ਸਾਡੇ ਬੱਚੇ ਦੇ ਵਿੱਚ ਰੋਣਾ ਆਉਂਦਾ ਐਂਗਜ਼ਾਇਟੀ ਆਉਂਦੀ ਆ ਪੈਨਿਕ ਆਉਂਦਾ ਉਦੋਂ ਸਾਨੂੰ ਅਨਕੰਫਰਟੇਬਲ ਕਰਦਾ ਸੋ ਤੁਸੀਂ ਦੇਖੋ ਕਈ ਵਾਰ ਆਪਾਂ ਸੋਚਦੇ ਨਾ ਕਿ ਅਸੀਂ ਆਪਣੇ ਬੱਚਿਆਂ ਲਈ ਬਹੁਤ ਕੁਛ ਕਰ ਸਕਦੇ ਅਸੀਂ ਆਪਣੇ ਬੱਚਿਆਂ ਨੂੰ ਰੋਂਦਾ ਨਹੀਂ ਦੇਖ ਸਕਦੇ ਪਹਿਲਾਂ ਇਹ ਜ਼ਰੂਰ ਸੋਚਿਆ ਕਰੋ ਕਿ ਜਦੋਂ ਮੇਰਾ ਬੱਚਾ ਰੋਂਦਾ ਵਾ ਮੇਰੇ ਅੰਦਰ ਕੀ ਚੀਜ਼ ਹੁੰਦੀ ਆ ਐਂਡ ਉਸ ਚੀਜ਼ ਨੂੰ ਨਜਿੱਠਣ ਜਿਹੜੀ ਮੇਰੇ ਅੰਦਰ ਹੁੰਦੀ ਹੈ ਮੇਰੇ ਬੱਚੇ ਨੂੰ ਰੋਂਦੇ ਨੂੰ ਵੇਖ ਕੇ ਉਹ ਚੀਜ਼ ਨੂੰ ਨਜਿੱਠਣ ਲਈ ਮੈਂ ਆਪਣੇ ਬੱਚੇ ਨੂੰ ਫੂਡ ਮੂੰਹ 'ਚ ਪਾ ਦਿੰਦਾ ਖਿਡੌਣਾ ਨਵਾਂ ਲਿਆ ਦਿੰਦਾ ਵਾਂ ਯੂਨੋ ਝਿੜਕ ਦਿੰਦਾ ਤਾਂ ਜੋ ਮੈਨੂੰ ਉਹ ਚੀਜ਼ ਮਹਿਸੂਸ ਨਾ ਕਰਨੀ ਪਵੇ ਜਿਹੜੀ ਕਿ ਮੇਰੇ ਅੰਦਰ ਟ੍ਰਿਗਰ ਹੋ ਜਾਂਦੀ ਆਪਦੇ ਬੱਚੇ ਨੂੰ ਰੋਂਦੇ ਹੋਏ ਨੂੰ ਦੇਖ ਕੇ ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਭਾਵਨਾਵਾਂ ਜਿਹੜੀਆਂ ਅਸੀਂ ਬਚਪਨ ਦੇ ਵਿੱਚ ਪ੍ਰੋਪਰਲੀ ਐਕਸਪ੍ਰੈਸ ਕਰਨੀਆਂ ਨਹੀਂ ਸਿੱਖੀਆਂ ਗਈਆਂ ਐਂਡ ਸਾਨੂੰ ਸ਼ਰਮਦਾਰ ਮਹਿਸੂਸ ਕਰਵਾਇਆ ਗਿਆ ਫੋਰ ਐਗਜ਼ਾਮਪਲ ਯੂਨੋ ਜੇ ਅਸੀਂ ਰੋਣ ਲੱਗ ਗਏ ਤੁਸੀਂ ਬੁਰੇ ਬੱਚੇ ਹੋ ਬੁਰੇ ਬੱਚੇ ਹੀ ਰੋਂਦੇ ਹੁੰਦੇ ਆ ਜੇ ਤੁਸੀਂ ਫਰਸਟ੍ਰੇਸ਼ਨ ਹੋ ਸੋਰੀ ਇੱਕ ਮਿੰਟ ਮੈਂ ਇੱਕ ਕੁਐਸਚਨਸ ਪੜ੍ਹ ਲਵਾਂ ਦੀ ਓਕੇ ਆ ਸੋ ਜੇ ਤੁਹਾਡਾ ਭਾਵਨਾਵਾਂ ਦੇ ਸੋ ਥੋੜ੍ਹਾ ਟੋਪਿਕ 'ਤੇ ਰਹੀਏ ਜੇ ਆਪਣਾ ਭਾਵਨਾਵਾਂ ਦੇ ਐਕਸਪੀਰੀਅੰਸ ਬਾਰੇ ਅੱਜ ਗੱਲ ਕਰੇ ਕਿ ਭਾਵਨਾਵਾਂ ਨੂੰ ਅਸੀਂ ਐਕਸਪ੍ਰੈਸ ਕਰਨਾ ਕਿਵੇਂ ਸਿੱਖਣਾ ਵਾ ਸੋ ਜਿਹੜੀ ਚੀਜ਼ ਦੀ ਸਾਨੂੰ ਐਜ਼ ਬਚਪਨ ਦੇ ਵਿੱਚ ਟ੍ਰੇਨਿੰਗ ਨਹੀਂ ਮਿਲੇਗੀ ਐਜ਼ ਅ ਅਡਲਟ ਸਾਥੋਂ ਇਹ ਉਮੀਦ ਕੀਤੀ ਜਾਂਦੀ ਕਿ ਅਸੀਂ ਜ਼ਿੰਦਗੀ ਦੀਆਂ ਇਹਨਾਂ ਭਾਵਨਾਵਾਂ ਦੇ ਵਿੱਚ ਵਿਚਰੀਏ ਜਿਹੜੀਆਂ ਕਿ ਸਾਨੂੰ ਆਉਂਦੀਆਂ ਨੇ ਬਿਕੋਜ਼ ਸਾਡੀ ਮਾਨਸਿਕ ਸਥਿਤੀ ਅੱਜ ਵੀ ਉਹ ਬੱਚੇ ਵਰਗੀ ਅੱਜ ਵੀ ਤੁਸੀਂ ਵੇਖ ਲਿਓ ਕਿ ਜਦੋਂ ਸਾਨੂੰ ਵੀ ਐਜ਼ ਅਡਲਟ ਨੂੰ ਸਾਨੂੰ ਕੋਈ ਚੀਜ਼ ਨਹੀਂ ਮਿਲਦੀ ਅਸੀਂ ਆਪਦੇ ਜਦੋਂ ਪਾਰਟਨਰ ਨਾਲ ਵੀ ਲੜਦੇ ਹਾਂ ਅਸੀਂ ਬੱਚਿਆਂ ਵਾਂਗੂ ਲੜਦੇ ਹਾਂ ਅਸੀਂ ਕੋਈ ਵੱਡੇ ਜਾਂ ਵਾਈਜ਼ ਵਾਲੇ ਅਡਲਟ ਵਾਂਗੂ ਨਹੀਂ ਲੜਦੇ ਗੇ ਕਈ ਵਾਰ ਅਸੀਂ ਆਪਦੇ ਮਾਂ ਬਾਪ ਨਾਲ ਵੀ ਲੜਦੇ ਹਾਂ ਬੱਚਿਆਂ ਵਾਂਗੂ ਲੜਦੇ ਹਾਂ ਆਪਦੇ ਬੱਚੇ ਨਾਲ ਵੀ ਅਸੀਂ ਬੱਚਿਆਂ ਵਾਂਗੂ ਲੜਦੇ ਹਾਂ ਸੋ ਇਹ ਜ਼ਰੂਰੀ ਨਹੀਂ ਹੈਗਾ ਗਾ ਕਿ ਕਿਉਂਕਿ ਸਾਡੀ ਮਾਨਸਿਕਤਾ ਵਿਕਸਿਤ ਨਹੀਂ ਹੋਈ ਵੀ ਇਹ ਭਾਵਨਾ ਅਸੀਂ ਭਾਵੁਕ ਬੱਚੇ ਆ ਸਾਡੇ ਕੋਲ ਮੂਹਰੇ ਜਿਨ੍ਹਾਂ ਨੂੰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਇਹਨਾਂ ਨੂੰ ਭਾਵਨਾਵਾਂ ਤੌਰ 'ਤੇ ਕਿਵੇਂ ਤੋਰਨਾ ਵਾ ਬਿਕੋਜ਼ ਜਿੰਨਾ ਚਿਰ ਅਸੀਂ ਆਪਣੀ ਇੰਗਜ਼ਾਇਟੀ ਆਪਣੇ ਡਰ ਨੂੰ ਮਹਿਸੂਸ ਕਰਨਾ ਨਹੀਂ ਸਿੱਖਿਆ ਅਸੀਂ ਜਿਹੜਾ ਸਾਡੇ ਕੋਲ ਆ ਬੱਚਾ ਅਸੀਂ ਉਹਦੇ ਭਾਵ ਅਸੀਂ ਉਹਦੇ ਡਰ ਨੂੰ ਅਤੇ ਉਹਦੀ ਇੰਗਜ਼ਾਇਟੀ ਦੇ ਵਿੱਚ ਖੜ੍ਹ ਨਹੀਂ ਸਕਦੇ ਬਿਕੋਜ਼ ਉਹਦੀ ਇੰਗਜ਼ਾਇਟੀ ਅਤੇ ਉਹਦਾ ਡਰ ਸਾਡੇ ਅੰਦਰ ਇੰਗਜ਼ਾਇਟੀ ਅਤੇ ਡਰ ਪੈਦਾ ਕਰੂਗਾ ਐਂਡ ਜਿਹੜਾ ਕਿ ਅਸੀਂ ਚਾਹੁੰਦੇ ਨਹੀਂ ਸਾਡੇ ਅੰਦਰ ਇੰਗਜ਼ਾਇਟੀ ਅਤੇ ਡਰ ਪੈਦਾ
ਕੀਤਾ ਠੀਕ ਹੈ ਉਹ ਦੱਬੇ ਹੋਏ ਆ ਪਰ ਅਸੀਂ ਚਾਹੁੰਦੇ ਨਹੀਂ ਟ੍ਰਿਗਰ ਕਰੇ ਸੋ ਉਹ ਯੂਨੋ ਜਾਂ ਤਾਂ ਤੁਹਾਡਾ ਪਾਰਟਨਰ ਕੀ ਉਹਦੇ ਨਾਲ ਲੈਂਦੇ ਆ ਕਰਦਾ ਵਾ ਜਾਂ ਤਾਂ ਤੁਹਾਡਾ ਪਾਰਟਨਰ ਉਹ ਚੀਜ਼ਾਂ ਨੂੰ ਟ੍ਰਿਗਰ ਕਰਦਾ ਤੁਹਾਡੇ ਵਿੱਚ ਜਾਂ ਤੁਹਾਡਾ ਬੱਚਾ ਯੂਨੋ ਉਹਨਾਂ ਭਾਵਨਾਵਾਂ ਨੂੰ ਟ੍ਰਿਗਰ ਕਰਦਾ ਸੋ ਅਸੀਂ ਉਹ ਭਾਵਨਾਵਾਂ ਦੀ ਡੈਫੀਨੇਸ਼ਨ ਬਦਲਣੀ ਆ ਕਿ ਭਾਵਨਾਵਾਂ ਇੱਕ ਫੀਲਿੰਗਸ ਇੱਕ ਇਮੋਸ਼ਨ ਸਾਡੇ ਕੋਲ ਇੱਕ ਮਹਿਸੂਸ ਕਰਨ ਵਾਸਤੇ ਆਉਂਦੀਆਂ ਐਂਡ ਉਹਨਾਂ ਨੂੰ ਮਹਿਸੂਸ ਕਰਨਾ ਅਤੇ ਉਹਨਾਂ ਨੂੰ ਮਹਿਸੂਸ ਕਰਕੇ ਉਹਨਾਂ ਨੇ ਆਪਦੇ ਆਪ ਚਲੇ ਜਾਣਾ ਫੋਰ ਐਗਜ਼ਾਮਪਲ ਕਈ ਵਾਰ ਤੁਸੀਂ ਦੇਖੋ ਕਿ ਕਈ ਵਾਰ ਕਿਸੇ ਦੀ ਡੈਥ ਹੁੰਦੀ ਅਸੀਂ ਉਹਨਾਂ ਦੇ ਘਰ ਜਾਂਦੇ ਹਾਂ ਹੁਣ ਜਦੋਂ ਅਸੀਂ ਕਈ ਵਾਰ ਮਿਲਦੇ ਹਾਂ ਪਹਿਲੇ 5-7 ਮਿੰਟ ਉਹ ਬਹੁਤ ਰੋਂਦੇ ਆ ਉੱਚੀ ਉੱਚੀ ਰੋਂਦੇ ਆ ਐਂਡ ਉਦੋਂ ਬਾਅਦ ਤੁਸੀਂ ਦੇਖਿਓ ਕਿ ਉਹ ਆਰਾਮ ਨਾਲ ਉਹ ਕੌਮ ਹੋ ਜਾਂਦੇ ਉਹ ਠੀਕ ਹੋ ਜਾਂਦੇ ਆ ਕੋਈ ਵੀ ਜਿਹੜਾ ਸਦਮਾਵਾਂ ਸੀ ਜ਼ਿੰਦਗੀ ਦੇ ਵਿੱਚ ਆਪਦੇ ਆਪ 'ਚ ਵੀ ਦੇਖਦੇ ਜਿਹੜਾ ਅਸੀਂ ਕ੍ਰਾਈਸਿਸ ਇਮੋਸ਼ਨਲੀ ਮਹਿਸੂਸ ਕੀਤਾ ਸਾਡੀ ਭਾਵਨਾਵਾਂ ਉੱਪਰ ਜਾਂਦੀ ਆ ਫਿਰ ਆਪਣੀ ਸਾਡੀ ਭਾਵਨਾਵਾਂ ਥੱਲੇ ਆਪਦੇ ਆਪ ਨਾਰਮਲ ਆ ਜਾਂਦੀ ਕਿਉਂਕਿ ਅਸੀਂ ਮਹਿਸੂਸ ਕਰ ਲੈਂਦੇ ਅਸੀਂ ਰੋ ਲੈਂਦੇ ਜਿੰਨਾ ਸਾਨੂੰ ਰੋਣ ਦੀ ਲੋੜ ਆ ਐਂਡ ਉਦੋਂ ਬਾਅਦ ਉਹ ਆਪਦੇ ਆਪ ਥੱਲੇ ਆ ਜਾਂਦੀ ਆ ਸੋ ਇਹ ਬੜਾ ਜ਼ਰੂਰੀ ਆ ਕਿ ਇਸ ਟਾਈਮ ਵੀ ਅਸੀਂ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਉਹਨਾਂ ਨੂੰ ਅਲਾਓ ਕਰੀਏ ਕਿ ਉਹ ਮਹਿਸੂਸ ਕਰ ਲੈਣ ਸੋ ਫੋਰ ਐਗਜ਼ਾਮਪਲ ਯੂ ਨੋ ਜੇ ਤੁਹਾਡਾ ਨੋਰਮਲ ਬੱਚਾ ਇਹ ਕਹਿ ਰਿਹਾ ਕਿ ਮੈਨੂੰ ਡਰ ਲੱਗ ਰਿਹਾ ਇਹ ਨੋਰਮਲ ਆ ਇਹ ਇੱਕ ਜਦੋਂ ਤੁਹਾਡੇ ਕੋਲ ਇਹ ਜਿਹੀ ਸਿਚੁਏਸ਼ਨ ਆ ਜਾਂਦੀ ਜਿੱਥੇ ਤੁਹਾਨੂੰ ਦੂਸਰੇ ਦੀਆਂ ਤੁਸੀਂ ਦੇਖਦੇ ਆ ਕਿ ਜ਼ਿੰਦਗੀਆਂ ਜਾ ਰਹੀਆਂ ਵਾ ਨੋਰਮਲ ਗੱਲ ਆ ਕਿ ਤੁਹਾਨੂੰ ਡਰ ਲੱਗੂਗਾ ਐਂਡ ਇਹਦੇ ਵਿੱਚ ਕੋਈ ਗਲਤ ਨਹੀਂ ਡਰ ਲੱਗਣਾ ਐਂਡ ਡਰ ਮਹਿਸੂਸ ਹੋ ਰਿਹਾ ਵਾ ਤੈਨੂੰ ਸੋ ਆਪਾਂ ਆਪਣੇ ਬੱਚਿਆਂ ਦੇ ਵਿੱਚ ਮਹਿਸੂਸ ਇਹ ਚੀਜ਼ ਤੋਂ ਲੈ ਕੇ ਸ਼ਰਮ ਨਾ ਪਾਈਏ ਕਿ ਅਸੀਂ ਫਰਸਟ੍ਰੇਸ਼ਨ ਆ ਅਤੇ ਸਾਡੇ ਅਸੀਂ ਕਮਜ਼ੋਰ ਹਾਂ ਅਸੀਂ ਰੋਂਦੇ ਹਾਂ ਅਤੇ ਅਸੀਂ ਕਮਜ਼ੋਰ ਹਾਂ ਯੂਨੋ ਅਸੀਂ ਗਿਲਟ ਮਹਿਸੂਸ ਕਰਦੇ ਨੋ ਇਹ ਇੱਕ ਇਨਸਾਨੀਅਤ ਐਕਸਪੀਰੀਅੰਸਿਸ ਆ ਜੇ ਸਾਨੂੰ ਇੱਕ ਇਨਸਾਨ ਦੀ ਜਿਹੜੀ ਜ਼ਿੰਦਗੀ ਦਾ ਕੰਟਰੈਕਟ ਮਿਲਿਆ ਵਾ ਉਹਦੇ ਵਿੱਚ ਇਹ ਭਾਵਨਾਵਾਂ ਦਾ ਵੀ ਕੰਟਰੈਕਟ ਆ ਅਤੇ ਉਹਦੇ ਵਿੱਚ ਚੰਗੀਆਂ ਭਾਵਨਾਵਾਂ ਦਾ ਵੀ ਕੰਟਰੈਕਟ ਆ ਐਂਡ ਅਸੀਂ ਜੇ ਅਸੀਂ ਆਪਣੀ ਜ਼ਿੰਦਗੀ ਇੱਕ ਬੈਲੈਂਸ ਤਰੀਕੇ ਨਾਲ ਜਿਉਣੀ ਆ ਅਸੀਂ ਇੱਕ ਚੀਜ਼ ਨੂੰ ਡਿਨਾਈ ਨਹੀਂ ਕਰ ਸਕਦੇ ਦੂਸਰੇ ਸੋ ਖੁਸ਼ੀ ਵੀ ਸਾਡੇ ਕੋਲ ਉਨੀ ਡੂੰਘੀ ਨਹੀਂ ਆਊਗੀ ਜੇ ਜਿੰਨੀਆਂ ਜੇ ਅਸੀਂ ਇਹਨਾਂ ਭਾਵਨਾਵਾਂ ਨੂੰ ਨਹੀਂ ਮਹਿਸੂਸ ਕਰਦੇ ਇਹਨਾਂ ਨੂੰ ਸੋਲਵ ਬਿਕੋਜ਼ ਜਦੋਂ ਤੁਸੀਂ ਮਹਿਸੂਸ ਕਰਦੇ ਆ ਸਭ ਤੋਂ ਵੱਧ ਸਾਡੀ ਲੜਾਈ ਇਸ ਭਾਵਨਾਵਾਂ ਦੀ ਹੁੰਦੀ ਇਹ ਮੇਰੇ ਵਿੱਚ ਆਈ ਕਿਉਂ ਮੈਨੂੰ ਗੁੱਸਾ ਚੜਿਆ ਕਿਉਂ ਮੈਨੂੰ ਫਰਸਟ੍ਰੇਸ਼ਨ ਆਈ ਕਿਉਂ ਮੈਨੂੰ ਡਿਸਅਪੁਆਇੰਟਮੈਂਟ ਆਈ ਕਿਉਂ ਮੈਨੂੰ ਬੋਰਿੰਗ ਆਈ ਕਿਉਂ ਇਹ ਕਿਉਂ ਨਹੀਂ ਆਉਣੀਆਂ ਚਾਹੀਦੀਆਂ ਸੀ ਇਹ ਚੀਜ਼ ਦਾ ਸਾਡੀ ਸਟ੍ਰੈਸ ਆ ਆਉਣਾ ਕੋਈ ਸਟ੍ਰੈਸ ਨਹੀਂ ਗਾ ਐਂਡ ਜੇ ਆ ਰਹੀ ਆ ਤੁਹਾਡੇ ਦੇ ਵਿੱਚ ਐਂਡ ਤੁਸੀਂ ਆਰਾਮ ਨਾਲ ਉਸ ਚੀਜ਼ ਨੂੰ ਮਹਿਸੂਸ ਕਰ ਲਓ ਫੋਰ ਐਗਜ਼ਾਮਪਲ ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਸੈਡ ਉਹਦੀ ਬਜਾਏ ਕਹਿ ਦਿਓ ਮੇਰੇ ਵਿੱਚ ਭਾਵਨਾਵਾਂ ਨਾ ਸੈਡਨੈਸ ਦੀ ਆ ਰਹੀ ਆ ਬਿਕੋਜ਼ ਸੈਡ ਅਸੀਂ 24 ਘੰਟੇ ਜਾਂ ਅਸੀਂ ਸੈਡ ਨਹੀਂ ਲਾਈਕ ਇੱਕ ਭਾਵਨਾਵਾਂ ਵਾਂ ਭਾਵਨਾਵਾਂ ਦੇ ਅਸੀਂ ਮਾਲਕ ਹਾਂ ਭਾਵਨਾਵਾਂ ਨਹੀਂ ਸਾਡੀ ਮਾਲਕ ਹੈਗੀ ਬਿਕੋਜ਼ ਜਦੋਂ ਅਸੀਂ ਭਾਵਨਾਵਾਂ ਨੂੰ ਆਪਦੇ ਸਿਰ 'ਤੇ ਬਿਠਾ ਦਿੰਦੇ ਅਤੇ ਮਾਲਕ ਬਣਾ ਦਿੰਦੇ ਹਾਂ ਉਦੋਂ ਭਾਵਨਾਵਾਂ ਸਾਨੂੰ ਰੂਲ ਕਰ ਦਿੰਦੇ ਉਦੋਂ ਸਾਡੇ ਜਿਹੜੇ ਜ਼ਿੰਦਗੀ ਦਾ ਡਿਸੀਜਨ ਵੀ ਉਹ ਬੜੀਆਂ ਅਨਕੰਫਰਟੇਬਲ ਭਾਵਨਾਵਾਂ 'ਚੋਂ ਅਸੀਂ ਸੋ ਭਾਵ ਅਸੀਂ ਓਨਰ ਹਾਂ ਅਸੀਂ ਉੱਪਰ ਹਾਂ ਭਾਵਨਾਵਾਂ ਤੋਂ ਭਾਵਨਾਵਾਂ ਥੱਲੇ ਆ ਭਾਵਨਾਵਾਂ ਇੱਕ ਚੀਜ਼ ਆ ਸਾਡੇ ਕੋਲ ਆਉਂਦੀ ਹੈ ਅਤੇ ਚਲੀ ਜਾਂਦੀ ਆ ਪਰ ਉਹ ਅਸੀਂ ਪੂਰੇ 100% ਜਾਂ ਸਾਡੀ ਜ਼ਿੰਦਗੀ 'ਤੇ ਉਹ ਐਡਾ ਵੱਡਾ ਉਹ ਸਾਨੂੰ ਸਾਡੇ 'ਤੇ ਇਨਫਲੂਐਂਸ ਨਹੀਂ ਪਾ ਸਕਦੀ ਸੋ ਇੱਕ ਭਾਵਨਾਵਾਂ ਵਾ ਉਹਨੂੰ ਮਹਿਸੂਸ ਕਰਨਾ ਐਂਡ ਉਹਦੇ ਪ੍ਰਤੀ ਜੱਜਮੈਂਟ ਨਹੀਂ ਕਰਨੀ ਗੀ ਯੂਨੋ ਇੱਕ ਮੈਂ ਪਿੱਛੇ ਜੇ ਵੀ ਇੱਕ ਕੀਤਾ ਸੀਗਾ ਸੈਸ਼ਨ ਜਿੱਥੇ ਅਸੀਂ ਮੈਨ ਦੀ ਇਮੋਸ਼ਨਲ ਹੈਲਥ ਬਾਰੇ ਐਂਡ ਬਹੁਤ ਲੋਕਾਂ ਨੇ ਇਹ ਚੰਗਾ ਵੀ ਸਮਝਿਆ ਐਂਡ ਬਹੁਤ ਲੋਕਾਂ ਨੇ ਕਿਹਾ ਕਿ ਇਹ ਤਾਂ ਕਮਜ਼ੋਰੀ ਦੀ ਨਿਸ਼ਾਨੀ ਜਿੰਨਾ ਚਿੱਕ ਅਸੀਂ ਆਪਦੀਆਂ ਭਾਵਨਾਵਾਂ ਨੂੰ ਇੱਕ ਕਮਜ਼ੋਰੀ ਮੰਨਾਂਗੇ ਉਨਾ ਚਿੱਕ ਅਸੀਂ ਆਪਦੀ ਅੰਦਰੋਂ ਜਦੋਂ ਜਹਿਦ ਰਹੂਗੀ ਅੰਦਰੋਂ ਸਾਡੇ ਸਟ੍ਰੈਸ ਰਹੂ ਬਿਕੋਜ਼ ਜਿਹੜੇ ਕੁਦਰਤੀ ਐਕਸਪੀਰੀਅੰਸਿਸ ਆ ਤੁਹਾਡੀ ਜਿਹੜੀ ਬਾਡੀ ਆ ਉਹ ਵੇਸਟ ਰੀਸਾਈਕਲ ਕਰਦੀ ਉਹ ਸਾਈਕਲ 'ਚ ਜਾਂਦਾ ਵਾ ਐਂਡ ਜਦੋਂ ਤੁਸੀਂ ਉਹ ਨੈਚੁਰਲ ਕੁਦਰਤ ਦੀ ਕਿਸੇ ਵੀ ਸਾਈਕਲ ਦੇ ਵਿੱਚ ਤੁਸੀਂ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ ਸੁਭਾਵਿਕ ਜੀ ਚੀਜ਼ ਆ ਕਿ ਤੁਹਾਡਾ ਹੋਲ ਸਾਈਕਲ ਡਿਸਟਰਪਟ ਹੋਊਗਾ ਸੋ ਖੁਸ਼ੀ ਦਾ ਗਮੀ ਦਾ ਇੱਕ ਸਾਈਕਲ ਆ ਇਹ ਭਾਵਨਾਵਾਂ ਦਾ ਸਾਈਕਲ ਆ ਜਿਹੜਾ ਕਿ ਸਾਈਕਲ ਦੇ ਵਿੱਚ ਅਸੀਂ ਘੁੰਮਣਾ ਸੋ ਮਹਿਸੂਸ ਕਰਨੀਆਂ ਆਪਦੀਆਂ ਭਾਵਨਾਵਾਂ ਐਂਡ ਉਹਨਾਂ ਨੂੰ ਆਪਦੇ 'ਚੋਂ ਜਾਵਣ ਦੇਣਾ ਐਂਡ ਬਹੁਤ ਜਿਵੇਂ ਮੈਂ ਪਹਿਲਾਂ ਵੀ ਕਿਹਾ ਪੇਰੈਂਟਸ ਕਹਿੰਦੇ ਸਾਡਾ ਬੱਚਾ ਐਂਕਸ਼ੀਅਸ ਆ ਇਹ ਐਂਕਸ਼ੀਅਸ ਨਾ ਹੋਵੇ ਅਸੀਂ ਇੱਦਾਂ ਨਹੀਂ ਕਰ ਸਕਦੇ ਕਿ ਜੇ ਕਿਸੇ ਬੱਚੇ ਦੇ ਵਿੱਚ ਭਾਵਨਾ ਆ ਰਹੀ ਹੈ ਅਸੀਂ ਉਹਦੇ ਵਿੱਚ ਭਾਵਨਾਵਾਂ ਐਜ਼ ਅ ਕਾਉਂਸਲਰ ਰੋਕ ਸਕਦੇ ਨਹੀਂ ਅਸੀਂ ਉਹਨੂੰ ਇਹ ਚੀਜ਼ ਟੀਚ ਕਰ ਸਕਦੇ ਕਿ ਜਦੋਂ ਤੇਰੇ 'ਚ ਭਾਵਨਾਵਾਂ ਐਂਗਜ਼ਾਇਟੀ ਆਵੇ ਤੂੰ ਉਹਨੂੰ ਆਪਦੇ ਆਪ 'ਚ ਮਹਿਸੂਸ ਕਰਕੇ ਤੂੰ ਆਪਦੀ ਬਾਡੀ ਦੇ ਵਿੱਚੋਂ ਉਹਨੂੰ ਵਾਚ ਕਰਨਾ ਜਿਵੇਂ ਉਹ ਨਿਕਲ ਰਹੇ ਬਿਕੋਜ਼ ਹਰ ਭਾਵਨਾਵਾਂ 60-90 ਸੈਕਿੰਡ ਦਾ ਕੋਰਸ ਹੁੰਦਾ ਐਂਡ 60-90 ਸੈਕਿੰਡ ਦੇ ਬਾਅਦ ਇਹ ਆਪਦੀ ਭਾਵਨਾਵਾਂ ਇਹ ਨਿਕਲ ਜਾਂਦੀ ਹੈ ਜੇ ਤੁਸੀਂ ਕਈ ਵਾਰ ਤੁਸੀਂ ਦੇਖਿਓ ਵੀ ਕਈ ਵਾਰ ਕਿਸੇ ਦੀ ਡੈਥ ਹੋ ਜਾਂਦੀ ਆ ਸਾਡੇ ਬਹੁਤ ਨੇੜਲੇ ਰਿਸ਼ਤੇਦਾਰ ਦੀ ਐਂਡ ਕਈ ਵਾਰ ਸਾਡੇ ਯੂਨੋ ਅਸੀਂ ਆਰਾਮ ਨਾਲ ਘਰ ਬੈਠੇ ਹੁੰਦੇ ਹਾਂ ਅਤੇ ਉਹ ਭਾਵਨਾ ਆ ਜਾਂਦੀ ਉਹ ਜਿਹੜੀ ਯੂਨੋ ਗਰੀਵਿੰਗ ਦੀ ਉਹ ਲਹਿਰ ਆ ਜਾਂਦੀ ਦੁੱਖ ਦੀ ਫਿਰ ਉਹ ਥੱਲੇ ਆਪਦੇ ਆਪ ਚਲੀ ਜਾਂਦੀ ਆ ਫਿਰ ਅਸੀਂ ਸੈਡ ਮਹਿਸੂਸ ਕਰਦੇ ਫਿਰ ਆਪਦੇ ਆਪ ਥੱਲੇ ਚਲੀ ਜਾਂਦੀ ਮਹਿਸੂਸ ਕਰਨਾ ਕਿ ਇੱਕ ਜ਼ਿੰਦਗੀ ਮੈਂ ਕਿਸੇ ਇਨਸਾਨ ਨਾਲ ਇਸ ਡੂੰਘੇ ਲੈਵਲ 'ਤੇ ਮੈਂ ਜੁੜਿਆ ਹੋਇਆ ਸੀਗਾ
ਤਾਂ ਜੋ ਇਹ ਭਾਵਨਾਵਾਂ ਮੇਰੇ ਕੋਲ ਆ ਰਹੀ ਆ। ਸੋ ਇਹ ਭਾਵਨਾਵਾਂ ਅਸੀਂ ਆਪਾਂ ਉਹ ਅਗਲੀ ਵੀਡੀਓ ਦੇ ਵਿੱਚ ਵੀ ਕਰਾਂਗੇ ਕਿ ਭਾਵਨਾਵਾਂ ਸਾਡੇ ਲਈ ਸੰਕੇਤ ਕਿਵੇਂ ਬਣਦੀਆਂ ਵਾ, ਸਾਡੇ ਲਈ ਇਹ ਡਾਇਰੈਕਸ਼ਨਸ ਕਿਵੇਂ ਬਣਦੀਆਂ ਵਾ, ਅਸੀਂ ਇਹਨਾਂ ਨੂੰ ਇੱਕ ਸੰਕੇਤ ਆ ਛੋਟੇ ਛੋਟੇ ਜਿਹੜੇ ਅਸੀਂ ਪਿੱਕ ਕਰ ਸਕਦੇ ਹਾਂ। ਸੋਰੀ ਮੈਂ ਨੋਟਸ ਲਿਖੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਅੱਜ ਤੁਹਾਨੂੰ ਡਿਸਕਸ ਕਰਨੀਆਂ ਸੀਗੀਆਂ। ਸੋ ਐਜ਼ ਅ ਪੇਰੈਂਟਸ, ਜੇ ਅਸੀਂ ਭਾਵਨਾਵਾਂ ਸਾਡੇ ਬੱਚੇ ਦੀਆਂ ਭਾਵਨਾਵਾਂ ਨੂੰ ਅਸੀਂ ਗੈਟ ਰਿਡ ਨਹੀਂ ਕਰਨਾ, ਉਹਦੇ ਵਿੱਚ ਭਾਵਨਾਵਾਂ ਨਹੀਂ ਅਸੀਂ ਖਤਮ ਕਰਨੀਆਂ, ਕਿਉਂਕਿ ਹੋ ਹੀ ਨਹੀਂ ਸਕਦੀਆਂ। ਉਹ ਭਾਵਨਾਵਾਂ ਦਬਾ ਸਕਦਾ ਵਾ ਪਰ ਭਾਵਨਾਵਾਂ ਖਤਮ ਨਹੀਂ ਕਰ ਸਕਦੇ। ਅਸੀਂ ਉਹਦੇ ਵਿੱਚ ਇੰਨੀ ਇਮੋਸ਼ਨਲ ਹੈਲਥ, ਇੰਨੀ ਇਮੋਸ਼ਨਲ ਕਪੈਸਿਟੀ ਪਾਉਣੀ ਆ ਕਿ ਉਹਦੀ ਭਾਵਨਾਵਾਂ ਆਵੇ, ਉਹ ਮਹਿਸੂਸ ਕਰੇ, ਉਹਦੇ ਵਿੱਚ ਇੱਕ ਸ਼ਰਾਬ ਦਾ ਗਲਾਸ ਨਾ ਚੱਕੇ, ਉਹਦੇ ਵਿੱਚ ਇੱਕ ਔਨਲਾਈਨ ਸ਼ੋਪਿੰਗ ਨਾ ਕਰੇ, ਉਸ ਭਾਵਨਾਵਾਂ ਦੇ ਵਿੱਚ ਇੱਕ ਇਮੋਸ਼ਨਲ ਈਟਿੰਗ ਨਾ ਕਰੇ, ਉਸ ਭਾਵਨਾਵਾਂ ਦੇ ਵਿੱਚ ਇੱਕ ਨਸ਼ਾ ਨਾ ਚੱਕੇ, ਉਸ ਭਾਵਨਾਵਾਂ ਦੇ ਵਿੱਚ ਕਿਸੇ 'ਤੇ ਥੱਪੜ ਨਾ ਚੱਕੇ, ਉਸ ਭਾਵਨਾਵਾਂ ਦੇ ਵਿੱਚ ਉਹ ਕਿਸੇ ਨਾਲ ਵਾਇਲੈਂਟ ਨਾ ਹੋਵੇ, ਅਸੀਂ ਇਹ ਧਿਆਨ ਰੱਖਣਾ ਵਾ। ਪਰ ਆਪਦੇ ਵਿੱਚ ਭਾਵਨਾਵਾਂ ਗੁੱਸੇ ਦੀ ਆ ਜਾਣੀ, ਐਂਡ ਉਹਨਾਂ ਭਾਵਨਾਵਾਂ ਨੂੰ ਅਸੀਂ ਵਰਤਣਾ ਨਹੀਂ ਗਾ ਕਿ ਅਸੀਂ ਕਿਸੇ ਕੋਈ ਐਕਸ਼ਨ ਲੈ ਸਕੀਏ ਸਿੰਪਲੀ। ਸੋ ਫੋਰ ਐਗਜ਼ਾਮਪਲ, ਤੁਹਾਡੇ ਵਿੱਚ ਤੁਸੀਂ ਹਰਟ ਹੋਏ ਹੋ, ਤੁਹਾਡੇ 'ਚ ਗੁੱਸਾ ਆ ਰਿਹਾ, ਐਂਡ ਜੇ ਤੁਸੀਂ ਆਪਦੇ ਅੰਦਰ ਉਸ ਗੁੱਸੇ ਨੂੰ ਉਹਨੂੰ ਆਪਦੇ ਅੰਦਰ ਜਾਣ ਦਿਓ, ਆਪਦੇ ਅੰਦਰ ਮਹਿਸੂਸ ਕਰਕੇ ਨਿਕਲ ਦਿਓ, ਉਹ ਨਿਕਲ ਜੂਗਾ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਭਾਵਨਾਵਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ। ਹੁਣ ਜਿਹੜਾ ਸਾਡੇ 'ਤੇ ਕ੍ਰਾਈਸਿਸ ਚੱਲ ਰਿਹਾ ਵਾ, ਸਾਡੇ ਅੰਦਰ ਭਾਵਨਾਵਾਂ ਆ ਰਹੀਆਂ, ਬਹੁਤ ਪੇਰੈਂਟਸ ਕਹਿ ਰਹੇ ਸਾਡੇ ਬੱਚਾ ਬੋਰਿੰਗ ਮਹਿਸੂਸ ਕਰ ਰਿਹਾ ਵਾ, ਹੁਣ ਇਹਨੂੰ ਕੀ ਕਰੀਏ ਅਸੀਂ, ਇਟਸ ਓਕੇ, ਬੋਰਿੰਗ ਜ਼ਿੰਦਗੀ ਦਾ ਹਿੱਸਾ ਵਾ। ਅਸੀਂ ਹਰ ਵੇਲੇ ਸਾਡੀ ਜ਼ਿੰਦਗੀ ਇੱਕ ਕਲੱਬ ਨਹੀਂ ਬਣ ਸਕਦੀ ਕਿ ਹਰ ਵੇਲੇ ਲਾਈਟਾਂ ਲਕਸ਼ਦੀਆਂ ਰਹਿਣ ਅਤੇ ਕੋਈ ਬੈਂਗ 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 ਕੋਈ ਚੀਜ਼ ਹੁੰਦੀ ਰਹੇ। ਸੋ ਸਾਡੀ ਜ਼ਿੰਦਗੀ ਇੱਕ ਕਲੱਬ ਨਹੀਂ ਬਣ ਸਕਦੀ ਗੀ, ਬੋਰੀਅਤ ਆ ਆਉਣਾ ਵਾ, ਇਟਸ ਓਕੇ, ਬੈਠੋ ਉਸ ਬੋਰੀਅਤ ਦੇ ਵਿੱਚ ਬੈਠੋ। ਬਹੁਤ ਵੱਡੇ ਵੱਡੇ ਜ਼ਿੰਦਗੀ ਦੇ ਜਿਹੜੇ ਕ੍ਰੀਏਟਿਵ ਲੋਕ ਸੀ, ਉਹ ਆਪਦੀ ਬੋਰੀਅਤ ਦੇ ਵਿੱਚ ਬੈਠੇ, ਜਦੋਂ ਬੋਰ ਸੀ ਉਹ ਬੈਠੇ, ਐਂਡ ਉਹਨਾਂ ਨੇ ਬੜੇ ਵਧੀਆ ਵਧੀਆ ਆਈਡੀਆ ਉਹਨਾਂ ਦੇ ਦਿਮਾਗ ਦੇ ਵਿੱਚ ਆਏ। ਸੋ ਜੇ ਭਾਵਨਾਵਾਂ ਵੀ ਆ ਰਹੀ ਆ, ਬੈਠੋ, ਇਹਦੇ ਵਿੱਚ ਕੋਈ ਤੁਹਾਨੂੰ ਕੁਛ ਇਹ ਨਹੀਂ ਹੈਗੀ ਕਿ ਤੁਹਾਡਾ ਕੁਛ ਹਾਰਮ ਜਾਂ ਨੈਗੇਟਿਵ ਤੁਹਾਨੂੰ ਕਰਕੇ ਜਾਂਦੀ ਆ। ਸੋ ਇਟਸ ਓਕੇ ਜੇ ਬੋਰੀਅਤ ਦੇ ਵਿੱਚ ਵੀ ਬੈਠਣਾ ਵਾ, ਜੇ ਤੁਹਾਡੇ ਬੱਚੇ ਨੂੰ ਐਂਗਜ਼ਾਇਟੀ ਆ ਰਹੀ ਆ, ਕਿਆ ਇਟਸ ਓਕੇ, ਅਸੀਂ ਐਂਕਸ਼ਸ ਹੋ ਸਕਦੇ ਹਾਂ। ਹਾਂ, ਜਦੋਂ ਅਸੀਂ ਆਪਣੇ ਬੱਚੇ ਦੀ ਉਹ ਸੰਭਾਲ ਕਰ ਰਹੇ, ਅਸੀਂ ਐਂਕਸ਼ਸ ਨਾ ਹੋਈਏ, ਬਿਕੋਜ਼ ਸਾਡੇ ਬੱਚੇ ਦੀ ਐਂਗਜ਼ਾਇਟੀ ਵੇਖ ਕੇ ਅਸੀਂ ਐਂਕਸ਼ਸ ਹੋ ਜਾਂਦੇ, ਸਾਡੇ ਪਾਰਟਨਰ ਦੀ ਐਂਗਜ਼ਾਇਟੀ ਵੇਖ ਕੇ ਅਸੀਂ ਐਂਕਸ਼ਸ ਹੋ ਜਾਂਦੇ, ਸਾਡੇ ਮਾਂ ਬਾਪ ਦੀ ਐਂਗਜ਼ਾਇਟੀ ਵੇਖ ਕੇ ਅਸੀਂ ਐਂਕਸ਼ਸ ਹੋ ਜਾਂਦੇ ਹਾਂ, ਐਂਡ ਉਸ ਐਂਗਜ਼ਾਇਟੀ ਅਸੀਂ ਮਹਿਸੂਸ ਨਹੀਂ ਕਰਨਾ ਚਾਹੁੰਦੇ। ਸੋ ਕਈ ਵਾਰ ਅਸੀਂ ਕਹਿੰਦੇ ਨਾ ਕਿ ਮੈਂ ਤੇਰਾ ਦੁੱਖ ਨਹੀਂ ਦੇਖ ਸਕਦਾ, ਮੈਂ ਆਪਣੇ ਬੱਚੇ ਦਾ ਦੁੱਖ ਨਹੀਂ ਦੇਖ ਸਕਦਾ। ਮੈਂ ਸੋਚਦੀ ਕਈ ਵਾਰ ਕੁਐਸਚਨ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦਾ ਦੁੱਖ ਤੁਹਾਡੇ ਆਪਦੇ ਅੰਦਰ ਦੁੱਖ ਉਜਾਗਰ ਕਰਦਾ, ਐਂਡ ਸਾਡੇ ਅੰਦਰ ਦੁੱਖ ਉਜਾਗਰ ਹੋਵੇ ਸਾਨੂੰ ਕਿਸੇ ਨੂੰ ਵੀ ਪਸੰਦ ਨਹੀਂ। ਸੋ ਕਈ ਵਾਰ ਇਹ ਚੀਜ਼ ਕੁਐਸਚਨ ਬੜਾ ਵਾਈਜ਼ ਕੁਐਸਚਨ ਆਪਣੇ ਆਪ ਤੋਂ ਪੁੱਛਣਾ, ਉਹਦੇ ਵਿੱਚੋਂ ਬੜੇ ਵਿਜ਼ਡਮ ਨਿਕਲਦਾ, ਬੜਾ ਉਹਦੇ ਵਿੱਚੋਂ ਚੀਜ਼ਾਂ ਨਿਕਲਦੀਆਂ ਜਿਹੜੀਆਂ ਤੁਸੀਂ ਸੋਚਿਆ ਨਹੀਂ ਹੁੰਦੀਆਂ ਗੀਆਂ, ਕਿ ਸਾਡਾ ਤਰੀਕਾ ਸੋਚਣ ਦਾ ਬਦਲਦਾ ਵਾ। ਸੋ ਅੱਜ ਅਸੀਂ ਇਹੀ ਗੱਲ ਕਰਨੀ ਸੀ ਕਿ ਭਾਵਨਾਵਾਂ। ਸੋ ਹੁਣ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਬੈਠੇ ਹੋ, ਐਂਡ ਜ਼ਰੂਰ ਸੁਭਾਵਿਕ ਜੀ ਗੱਲ ਹੈ ਕਿ ਭਾਵਨਾਵਾਂ ਤੁਹਾਡੇ ਰਿਸ਼ਤਿਆਂ ਦੇ ਵਿੱਚ ਆ ਸਕਦੀਆਂ, ਤੁਹਾਨੂੰ ਵੀ ਫਰਸਟ੍ਰੇਸ਼ਨ ਆ ਸਕਦੀ, ਤੁਹਾਨੂੰ ਵੀ ਡਿਸਅਪੁਆਇੰਟਮੈਂਟ ਆ ਸਕਦੀ, ਕਿਉਂਕਿ ਤੁਸੀਂ ਬੱਚਿਆਂ ਨਾਲ ਹੁਣ 24 ਘੰਟੇ ਬੈਠੇ ਆ, ਉਹਨਾਂ ਨਾਲ 24 ਘੰਟੇ ਇੰਟਰੈਕਟ ਕਰ ਰਹੇ ਹੋ, ਤੁਹਾਨੂੰ ਕੋਈ ਬ੍ਰੇਕ ਨਹੀਂ ਮਿਲ ਰਹੀ, ਐਂਡ ਕਈ ਘਰਾਂ ਦੇ ਵਿੱਚ 3 ਜਾਂ 4 ਬੱਚੇ, ਐਂਡ ਇਟਸ ਬਿਗ, ਲਾਈਕ ਇਹ ਬਹੁਤ ਔਖਾ ਵਾ। ਕੋਈ ਵੀ ਟੈਕਨੋਲੋਜੀ ਜਾਂ ਕੋਈ ਵੀ ਕਾਉਂਸਲਿੰਗ ਦੀ ਐਡਵਾਈਸ ਇਹ ਸੌਖਾ ਨਹੀਂ ਬਣਾ ਸਕਦੀ, ਇਟ ਇਜ਼ ਔਖਾ। ਮੀਨ 3 ਬੱਚੇ ਆ ਜਾਂ 4 ਬੱਚੇ ਆ ਜਾਂ 2 ਬੱਚੇ ਆਪਸ ਦੇ ਵਿੱਚ ਲੜ ਰਹੇ ਨੇ, ਫਿਰ ਤੁਸੀਂ ਆਪਣੇ ਹਸਬੈਂਡ ਵਾਈਫ ਹੋ, ਪਾਰਟਨਰ ਹੋ, ਫਿਰ ਤੁਹਾਡੇ ਨਾਲ ਮੇਬੀ ਬਜ਼ੁਰਗ ਵੀ ਕੋਈ ਰਹਿ ਰਿਹਾ, ਬੜੀ ਔਖੀ ਸਿਚੁਏਸ਼ਨ ਆ, ਐਂਡ ਇਸ ਤੋਂ ਭੱਜਣ ਨਹੀਂ ਸਕਦੇ ਗੇ। ਜੀ ਹਾਂ, ਇਹ ਔਖੀ ਆ, ਇਹਨੂੰ ਐਕਸੈਪਟ ਕਰਨਾ ਕਿ ਇਹ ਹਾਰਡ ਆ ਸਾਡੇ ਲਈ, ਇਹ ਵਕਤ ਸਾਡੇ ਲਈ ਹਾਰਡ ਆ, ਬਿਕੋਜ਼ ਜਦੋਂ ਤੁਸੀਂ ਐਕਸੈਪਟੈਂਸ 'ਚ ਆ ਜਾਓਗੇ ਇਹਨਾਂ ਭਾਵਨਾਵਾਂ ਦੇ ਵਿੱਚ, ਇਹ ਭਾਵਨਾਵਾਂ ਤੁਹਾਡੇ ਲਈ ਸੌਖੀਆਂ ਹੋਣਗੀਆਂ। ਜਦੋਂ ਤੁਸੀਂ ਇਹਨਾਂ ਭਾਵਨਾਵਾਂ ਨਾਲ ਲੜਨ ਲੱਗ ਜਾਓਗੇ ਕਿ ਔਖਾ ਕਿਉਂ ਆ, ਉਹ ਤੁਹਾਨੂੰ ਸਟ੍ਰੈਸ ਦਿਓ, ਮੈਂ ਸੈਡ ਕਿਉਂ ਆ, ਮੈਂ ਆਪਦੀ ਜ਼ਿੰਦਗੀ 'ਚ ਖੁਸ਼ ਕਿਉਂ ਨਹੀਂ, ਰਾਈਟ। ਸੋ ਜ਼ਰੂਰ ਆਪਦੇ ਆਪ 'ਚ ਇਹ ਨਾ ਤੁਸੀਂ ਸੋਚਿਆ ਕਰੋ ਵੀ ਮੇਰੇ 'ਚ ਭਾਵਨਾਵਾਂ ਆਉਣ ਦੋ, ਭਾਵਨਾਵਾਂ, ਐਂਡ ਇਟਸ ਓਕੇ, ਆਪਦਾ ਕੋਰਸ ਕਰਕੇ ਆਪਦਾ ਟਾਈਮ ਲੱਗ ਕੇ ਜਾਓਗੇ। ਸੋ ਅਗਲੀ ਵੀਡੀਓ ਦੇ ਵਿੱਚ ਅਸੀਂ ਇਹ ਵੀ ਗੱਲ ਕਰਾਂਗੇ ਕਿ ਭਾਵਨਾਵਾਂ ਸਾਨੂੰ ਕੀ ਸੰਕੇਤ ਦਿੰਦੀਆਂ। ਸੋ ਅੱਜ ਦੀ ਵੀਡੀਓ ਦੇ ਵਿੱਚ ਇਹੀ, ਆਪਣੀਆਂ ਭਾਵਨਾਵਾਂ ਦੇ ਵਿੱਚ ਬੈਠੋ, ਦੂਸਰੇ ਦੇ ਬੱਚੇ ਦੇ ਵਿੱਚ ਜੋ ਤੁਹਾਡੇ 'ਚ ਭਾਵਨਾਵਾਂ ਆ ਰਹੀ ਆ ਉਹਨਾਂ ਨੂੰ ਐਕਸੈਪਟ ਕਰੋ, ਜਸਟ ਬਿਕੋਜ਼ ਅਸੀਂ ਫਰਸਟ੍ਰੇਸ਼ਨ ਆ ਸਾਡੇ 'ਚ
ਫਰਸਟ੍ਰੇਸ਼ਨ ਆ ਸਾਡੇ 'ਚ, ਡਿਸਅਪੋਇੰਟਮੈਂਟ ਆ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬੁਰੇ ਇਨਸਾਨ ਹਾਂ, ਅਸੀਂ ਰੋ ਰਹੇ ਹਾਂ ਇਹਦਾ ਮਤਲਬ ਇਹ ਨਹੀਂ ਅਸੀਂ ਕਮਜ਼ੋਰ ਇਨਸਾਨ ਹਾਂ, ਅਸੀਂ ਇਨਸਾਨ ਹਾਂ। ਮੈਂ ਜਿਵੇਂ ਅਸੀਂ ਹੱਸਦੇ ਹੋਏ ਅਸੀਂ ਰੋਂਦੇ ਹਾਂ, ਜੇ ਕਿਸੇ ਨੂੰ ਰੋਣਾ ਆ ਰਿਹਾ ਲੈਤਮ ਕਰਾਏ ਰੋਣ ਦੇ ਉਹਨਾਂ ਨੂੰ, ਰਾਈਟ। ਜੇ ਕਿਸੇ ਨੂੰ ਫਰਸਟ੍ਰੇਸ਼ਨ ਆ ਰਹੀ ਹੈ ਉਹਨਾਂ ਨੂੰ ਟਾਈਮ ਆਊਟਸਾਈਡ 'ਤੇ ਚਾਹੀਦਾ, ਲੈਤਮ ਕਿ ਠੀਕ ਹੈ ਮੈਂ ਸਮਝ ਸਕਦਾ ਕਿ ਰਾਈਟ ਨਾ ਤੁਹਾਡੇ 'ਚ ਫਰਸਟ੍ਰੇਸ਼ਨ ਆ ਰਹੀ ਹੈ ਐਂਡ ਇਟਸ ਓਕੇ, ਯੂ ਨੋ, ਥੋੜ੍ਹਾ ਟਾਈਮ ਲਵੋ ਐਂਡ ਇਹ ਆਪਦੇ ਆਪ ਚਲੀ ਜਾਊਗੀ। ਸੋ ਕਿਸੇ ਦੀਆਂ ਭਾਵਨਾਵਾਂ ਨੂੰ ਐਕਸੈਪਟ ਕਰਨਾ, ਉਦੋਂ ਪਹਿਲਾਂ ਆਪਣੀਆਂ ਭਾਵਨਾਵਾਂ ਦੇ ਵਿੱਚ ਬੈਠਣ ਦੀ ਕਪੈਸਿਟੀ ਹੋਣੀ ਕਿ ਮੈਂ ਇਹਨਾਂ 'ਚ ਬੈਠ ਸਕਦਾ, ਇਹ ਕੁਛ ਨਹੀਂ ਮੈਨੂੰ ਕਰਨਗੀਆਂ। ਵਿਦਆਊਟ ਫੂਡ ਖਾਧੇ, ਵਿਦਆਊਟ ਉਹਨਾਂ ਦੇ ਵਿੱਚ ਡਰਿੰਕ ਪੀਤੇ ਹੋਏ, ਵਿਦਆਊਟ ਇੱਕ ਨਸ਼ਾ ਕੀਤੇ ਹੋਏ, ਵਿਦਆਊਟ ਇੱਕ ਔਨਲਾਈਨ ਸ਼ੋਪਿੰਗ ਕੀਤੇ ਹੋਏ। ਸੋ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਿਵੇਂ ਨਜਿੱਠਦੇ ਹੋ ਕਮੈਂਟਸ ਦੇ ਵਿੱਚ ਜ਼ਰੂਰ ਲਿਖਿਓ। ਅਗਲੇ ਸੈਸ਼ਨ ਦੇ ਵਿੱਚ ਵੀ ਅਸੀਂ ਜਿਹੜੀਆਂ ਭਾਵਨਾਵਾਂ ਕੀ ਸੰਕੇਤ ਦਿੱਤੀਆਂ ਉਹਦੀ ਗੱਲ ਕਰਾਂਗੇ। ਥੈਂਕ ਯੂ ਐਵਰੀਵਨ।